ਮੈਂ ਇੱਥੇ ਨਾ ਉੱਥੋਂ ਸਮਾਨ ਚੁੱਕਦਾ ਰਹਿੰਦਾ ਮੈਂ ਕਿ ਇੱਥੇ ਸਮਾਨ ਨਹੀਂ ਮਿਲਣਾ, ਪਰ ਅੱਜ ਭਾਅ ਜੀ ਲੈ ਕੇ ਆਏ ਨੇ ਇੰਡੀਅਨ ਸਟੋਰ ਦੇ ਵਿੱਚ ਸਾਰੇ ਕੁਰਕਰੇ ਏ ਟੂ ਜੈਡ, ਯਾਨੀ ਕਿ ਇੰਡੀਅਨ ਸਮਾਨ ਜੋ ਆਪਣਾ ਇੰਡੀਆ ਦੇ ਵਿੱਚ ਸਟੋਰਾਂ 'ਤੇ ਮਿਲਦਾ ਨਾ ਉਹੀ ਸਾਰਾ ਆਸ ਇੰਡੀਅਨ ਬੰਦਿਆਂ ਦੇ ਸਟੋਰ ਆਪਣਿਆਂ ਦਾ, ਅਤੇ ਏ ਟੂ ਜੈਡ ਸਮਾਨ ਇੱਥੋਂ ਮਿਲ ਰਿਹਾ, ਜੋ ਵੀ ਬਿਸਕੁਟ ਵਗੈਰਾ ਰੇਟ ਵੀ ਉਹੀ ਇੰਡੀਅਨ ਵਾਲੇ ਉੱਤੇ ਲਿਖੇ ਹੋਏ ਨੇ, ਬਟ ਇੱਥੇ ਇਹ ਰੇਟ ਕੀ ਲੱਗਦੇ ਨੇ ਉਹ ਪਤਾ ਨਹੀਂ, ਹਜੇ ਦੇਖਦੇ ਹਾਂ। ਸਾਰੀਆਂ ਚਨਾ ਦਾਲ, ਹਲਦੀ, ਹਲਦੀ ਰਾਮ ਦਾ ਸਮਾਨ ਵੀ ਹੈਗਾ, ਚਾਏ ਪੂਰੀ, ਬਸ ਦਿੰਦੇ ਜ਼ਿਆਦਾ ਉਹ ਹੀ ਨੇ ਕਿ ਬੋਕਸ ਲੈ ਜਾਓ, ਖੁੱਲ੍ਹੀ ਪੈਕਿੰਗ ਘੱਟ ਹੀ ਹੈ, ਪਰ ਦਿਲ ਬਸ ਲੱਗਾ ਹੋਇਆ ਖੁੱਲ੍ਹੀ ਪੈਕਿੰਗ, ਕਿਰਪਾ ਕਰਕੇ ਬੋਕਸ ਨਾ ਖੋਲੋ ਜੀ। ਕਿੰਨਾ ਮਾਣ ਮਹਿਸੂਸ ਹੁੰਦਾ ਜਦੋਂ ਬਗਾਨੇ ਦੇਸ਼ ਦੇ ਵਿੱਚ ਤੁਹਾਡੀ ਭਾਸ਼ਾ ਲਿਖੀ ਹੋਵੇ। ਨੰਦ ਪਿਆ ਭਾਜੀ, ਮੈਂ ਇੱਕ ਤੋਂ ਸ਼ਬਦ ਸਵਰ ਨਵੇਂ ਸਿੱਖ ਲੈਣ, ਇੱਕ ਬੌਂਦੀਆ ਸਿੱਖ ਲਿਆ ਨਾ, ਇੱਕ ਬਾਲੇ ਸਿੱਖ ਲਿਆ, ਤੇ ਹੋਰ ਹਰ ਆਹ ਤੇ ਕਾਫੀ ਹੱਦ ਤੱਕ ਗਏ ਨੇ ਹਨਾ, ਉਹ ਹੁਣ ਜ਼ਰੂਰਤ ਹੈ ਆਪਣੀ ਭਾਸ਼ਾ ਛੱਡਦੇ ਨੀ। ਅੱਜ ਕੀ ਔਫਤਰੇ ਲਾ ਰੱਖਿਆ ਔਫਤਰਾ, ਹਾਂ ਇੱਕ ਮੈਨੂੰ ਅੱਜ ਦਾ ਵੀ ਪਤਾ ਲੱਗਿਆ ਔਫਤਰਾ ਔਫਤਰਾ ਫੇਰ ਤਾਂ, ਅੱਛਾ ਉਹ ਸਾਇਲੈਂਟ ਹੈ, ਫੇਰ ਤਾਂ ਫਰੈਂਕਫਰਟ ਪਲੱਸ ਕੋਕਾ ਕੋਲਾ 4:30 €, ਇਹ ਡੇਲੀ ਲਾਉਂਦੇ ਉੱਥੇ ਚੇਂਜ ਕਰਦੇ ਹਾਂ ਡਿਫਰੈਂਟ ਡਿਫਰੈਂਟ, ਜਾਂ ਮੇਰਾ ਕੱਲ੍ਹ ਲੱਗਾ ਪਿਆ ਸੀਗਾ ਹੰਬਰਗੇਸ, ਕੱਲ੍ਹ ਹੰਬਰਗੇਸ ਓਕੇ, ਸਰਵੇਸਾ ਛੋਟਾ, ਉਹ ਕੀ ਹੁੰਦਾ ਬੀਅਰ, ਅੱਛਾ ਬੀਅਰ ਬੀਅਰ ਛੋਟੀ ਬੀਅਰ, ਬੀਅਰ ਦੇ ਨਾਲ ਕੀ ਸੀ, ਬੀਅਰ ਦੇ ਨਾਲ ਹੰਬਰਗਰ, ਹੰਬਰਗੇਸ ਹੰਬਰਗੇਸ, ਉਹ ਕੀ ਹੁੰਦਾ ਲੰਬੇ ਕੀ ਪੈਂਦਾ ਸਬੋਈਆ ਪਿਆਜ ਗੰਡੇ, ਓਕੇ ਓਕੇ, ਵੈਜ ਹੈ ਜਾਨੀ ਕਿ ਨਾ 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 ਮੀਟ 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 ਹੈ, ਮੀਟ ਹੈ ਇਹ, ਜਿਹੜਾ ਕਿ ਗਾਂ ਦਾ ਮੀਟ ਹੈ, ਅੱਛਾ ਇਹ ਗਾਂ ਦਾ, ਗਾਂ ਦਾ ਮੀਟ ਟੇਸ ਦਾ ਬਹੁਤ ਵਾਕਈ ਨਜ਼ਾਰੇਦਾਰ ਹੈ, ਇਸ ਕਾਲਾ ਵਖਾ ਦੇ ਹੈ, ਮੈਂ ਤੇ ਬਾਅਦ ਦੇਖ ਰਿਹਾ ਸੀ ਨਾ ਭਾਜੀ, ਤਾਂ ਮੈਂ ਫੇਰ ਤਾਂ ਮੈਂ ਆਫ ਤਰਾ ਬਹੁਤ ਭੁੱਲ ਰਿਹਾ ਸੀ ਇਸ ਨੂੰ। ਆਪਣੇ ਸਾਹਮਣੇ ਇਸ ਟਾਈਮ ਸਗਰਾਦਾ ਫੈਮਿਲੀਆ, ਜਿਹੜਾ ਕਿ 1890 ਦੇ ਨੇੜੇ ਤੇੜੇ ਦਾ ਇਸਦਾ ਕੰਮ ਚੱਲਦਾ ਗਾ, ਅਜੇ ਤੱਕ ਇਹ ਕੰਪਲੀਟ ਨਹੀਂ ਹੋਈ, 3 ਸਾਲ ਤਾਂ ਮੈਨੂੰ ਹੋ ਗਏ ਨੇ ਲਗਾਤਾਰ ਇੱਥੇ ਆਉਂਦੇ ਨੂੰ, ਅਜੇ ਵੀ ਫੁੱਲ ਕੰਮ ਚੱਲਦਾ ਤਾ, ਪਤਾ ਨਹੀਂ ਇਹਦੇ ਕਿੰਨੇ ਇੰਜੀਨੀਅਰ ਹੁਣ ਤੱਕ ਮਰ ਚੁੱਕੇ ਨੇ, ਜਿਨ੍ਹਾਂ ਨੇ ਇਹਨਾਂ ਮਤਲਬ ਗੋਦੀਓ ਸੀ ਹੈ ਨਾ ਜਿਹੜਾ ਜਿਸਨੇ ਸ਼ੁਰੂ ਕੀਤਾ ਸੀ ਇਸਦਾ ਨਕਸ਼ਾ, ਉਸ ਤੋਂ ਬਾਅਦ ਹੋਰ ਕਿੰਨੇ ਆਏ ਕਿੰਨੇ ਗਏ, ਹਜੇ ਵੀ ਇਸਦਾ ਕੰਮ ਚੱਲ ਰਿਹਾ। ਬਾਰਸੀਲੋਨਾ ਸਪੇਨ ਦੀ ਸਭ ਤੋਂ ਫੇਮਸ ਪਲੇਸਿਸ ਵਿੱਚ ਇਹ ਆਉਂਦੀ ਹੈ, ਸਗਰਾਦਾ ਫੈਮਿਲੀਆ ਚਰਚ ਹੈ ਜਾਨੀ ਕਿ ਅੰਦਰੋਂ ਸਾਰੀ।
ਗੁੱਡ ਬਾਏ ਆ ਜੀ ਬਾਰਸੀਲੋਨਾ ਨੂੰ ਅਤੇ ਭਾਅ ਜੀ ਆਪਾਂ ਨੂੰ ਛੱਡਣ ਆ ਗਏ ਏਅਰਪੋਰਟ 'ਤੇ ਕਹਿਦੇ ਚਾਵਾਂ ਨਾਲ ਆਈਦਾ ਏਅਰਪੋਰਟ ਨੂੰ ਕਿ ਅੱਜ ਸਾਡੀ ਯਾਤਰਾ ਸ਼ੁਰੂ ਹੋਈ ਹੈ ਹੈ ਨਾ ਅਤੇ ਅੱਜ ਹੁਣ ਜਾਣ ਦੀ ਹੈ ਵਾਹਿਗੁਰੂ ਇੱਦਾਂ ਹੀ ਮਿਹਰ ਭਰਿਆ ਸਾਰਿਆਂ ਦੇ ਹੱਥ ਰੱਖੇ ਹੈ ਨਾ ਅਤੇ ਚਲੋ ਮਿਲਦੇ ਹਾਂ ਅੱਗੇ ਭਾਅ ਜੀ ਕੋਲੋਂ ਮਿਲ ਕੇ ਇੱਦਾਂ ਉਹਨਾਂ ਨਾ ਬੜਾ ਮਨ ਖਰਾਬ ਜਿਹਾ ਹੁੰਦਾ ਹੈ ਨਾ ਉੱਧਰੋਂ ਵੀ ਕਰਦੇ ਰਹਿੰਦੇ ਨੇ ਸਲੀਆਂ ਆਈ ਪ੍ਰਦੇਸ਼ਾਂ ਦੀਆਂ ਮਜਬੂਰੀਆਂ ਨਹੀਂ ਤਾਂ ਬੰਦਾ ਇੱਕੋ ਛੱਤ ਥੱਲੇ ਰਵੇ ਵਾਹਿਗੁਰੂ ਮਿਹਰ ਕਰੇ ਸਭ ਪ੍ਰਦੇਸੀਆਂ 'ਤੇ ਲਵ ਯੂ ਭਾਅ ਜੀ ਮਿਲਦੇ ਹਾਂ ਬੜੀ ਜਲਦੀ ਦੁਬਾਰਾ ਠੀਕ ਹੈ ਅਤੇ ਆਪਾਂ ਪਹੁੰਚ ਚੁੱਕੇ ਹਾਂ ਬਾਰਸੀਲੋਨਾ ਦੇ ਏਅਰਪੋਰਟ 'ਤੇ ਟਰਮੀਨਲ 1 'ਤੇ ਬੋਰਡਿੰਗ ਹੋ ਗਈ ਸਿਕਿਉਰਟੀ ਚੈਕਿੰਗ ਹੋ ਗਿਆ ਆਪਣਾ ਹੁਣ ਜਾ ਰਹੇ ਆਪਾਂ ਇਮੀਗ੍ਰੇਸ਼ਨ ਨਾਲ ਇਮੀਗ੍ਰੇਸ਼ਨ ਕਰਵਾ ਕੇ ਅਤੇ ਉਸ ਤੋਂ ਬਾਅਦ ਫਿਰ ਮਿਲਦੇ ਤੁਹਾਨੂੰ ਇਹ ਹੈ ਬਾਰਸੀਲੋਨਾ ਦਾ ਏਅਰਪੋਰਟ ਅਤੇ ਗੇਟ ਸਾਰੇ ਇੱਧਰ ਹੀ ਨੇ ਹਜੇ ਫਿਰ ਮੈਂ ਪਿਛਲੀ ਵਾਰ ਵੀ ਗਲਤ ਇਮੀਗ੍ਰੇਸ਼ਨ ਕਰਵਾ ਲਈ ਸੀ ਇਸ ਵਾਰ ਮੈਂ ਚੈੱਕ ਕਰ ਰਿਹਾ ਕਿ ਪਹਿਲਾਂ ਗੇਟ ਦਾ ਪਤਾ ਲੱਗ ਜੇ ਕਿਹੜੇ ਪਾਸੇ ਆ ਉਸ ਤੋਂ ਬਾਅਦ ਇਮੀਗ੍ਰੇਸ਼ਨ ਕਰਾਈਏ ਜਦੋਂ ਪਾਸਪੋਰਟ ਖੋਲ੍ਹਦੇ ਨੇ ਨਾ ਅਤੇ ਵੀਜ਼ਾ ਲੱਭਣ ਲੱਗ ਜਾਂਦੇ ਨੇ ਕਾਫੀ ਵੀਜ਼ੇ ਦੇਖ ਕੇ ਹੈ ਨਾ ਦੂਜੇ ਵਿਦੇਸ਼ਾਂ ਦੇ ਤਾਂ ਕੁਝ ਨਹੀਂ ਪੁੱਛਦੇ ਚੁੱਪ ਕਰਕੇ ਸਟੈਂਪ ਮਾਰ ਦਿੰਦੇ ਨੇ ਥੈਂਕ ਯੂ ਵਾਹਿਗੁਰੂ ਜੀ ਇੰਨਾ ਕੁ ਮਾਣ ਸਤਿਕਾਰ ਬਖਸ਼ਣ ਵਾਸਤੇ ਨਾ ਚੀਜ਼ ਜੇ ਬੰਦੇ ਨੂੰ ਉਮੀਦ ਨਹੀਂ ਸੀ ਬਿਲਕੁਲ ਕਦੇ ਉਮੀਦ ਨਹੀਂ ਸੀ ਕਿ ਇੱਦਾਂ ਦੇ ਵੀ ਮਾਣ ਸਤਿਕਾਰ ਮਿਲਣਗੇ D18 ਨੰਬਰ ਗੇਟ ਹੈ ਅਤੇ ਏਅਰਪੋਰਟ ਕਾਫੀ ਵੱਡੇ ਨੇ ਫਰੋਮ ਅਬੂ ਧਾਬੀ ਜਹਾਜ਼ ਹੋ ਗਿਆ ਸੀ ਖਰਾਬ ਟੈਕਨੀਕਲ ਇਸ਼ੂ ਆ ਗਿਆ ਸੀ ਇਸ ਕਰਕੇ 1.5 ਘੰਟਾ ਫਲਾਈਟ ਲੇਟ ਹੈ ਮੇਰੇ ਅੱਗੇ ਬੰਦਾ ਜਿਹੜਾ ਗੋਰੀ ਹੈ ਇਸਦੇ ਹੱਥ ਵਿੱਚ ਮਾਲਾ ਨੇ ਓਮ ਵਗੈਰਾ ਲਿਖਿਆ ਹੋਇਆ ਇਹ ਮੈਂ ਸਾਡੇ ਵਾਲੇ ਧਰਮ ਚੇਂਜ ਕਰੀ ਜਾਂਦੇ ਨੇ ਇਸੇ ਤਰੀਕੇ ਇਹ ਵੀ ਲੋਕ ਕਨਵਰਟ ਹੋਈ ਜਾਂਦੇ ਨੇ ਚਲੋ ਇੰਡੀਆ ਦਾ ਤਾਂ ਲੈ ਲੈਣਾ ਕੁਛ ਡ੍ਰੀਮ ਲਾਈਨਰ ਅਤੇ ਹਾਰਡਵੇਅਰ ਬੇਚ ਰਹੇ ਕਾਫੀ ਕੁਛ ਸਮਾਨ ਦਿੰਦੇ ਨੇ ਸੌਣ ਵਾਸਤੇ ਅੱਖਾਂ 'ਤੇ ਪਾਉਣ ਵਾਸਤੇ ਸ਼ੋਰ ਨਾ ਸੁਣੇ ਕੰਨਾਂ 'ਤੇ ਪਾਉਣ ਵਾਸਤੇ ਠੀਕ ਹੈ ਸੋ ਕੇ ਜਦੋਂ ਉੱਠਦਾ ਬੰਦਾ ਬੁਰਸ਼ ਨਾਲ ਟੂਥਪੇਸਟ ਹੈ ਮਿਊਜ਼ਿਕ ਸੁਣਨ ਵਾਸਤੇ ਹੈੱਡਫੋਨ ਹੈਗੇ ਨੇ ਹੈਂਡ ਸੈਨੀਟਾਈਜ਼ ਕਰਨ ਵਾਸਤੇ ਕੋਲਗੇਟ ਟੂਥਪੇਸਟ ਨੋਟ ਸੂਟੇਬਲ ਫੋਰ ਚਿਲਡਰਨ ਅੰਡਰ 7 ਈਅਰ ਬੈਸਟ ਯੂਜ਼ ਬਿਫੋਰ ਸੀ ਐਂਡ ਦਾ ਟਿਊਬ ਚਲੋ ਥੈਂਕ ਯੂ ਯਾਦ ਅਬੂ ਧਾਬੀ ਏਅਰਪੋਰਟ 'ਤੇ ਪਹੁੰਚ ਗਏ ਹਾਂ ਇੱਥੋਂ ਆਪਣਾ ਹੈਗਾ ਸਟੇ ਤੋਂ ਕੋਈ 2 ਘੰਟੇ ਦਾ ਬਟ ਹੁਣ ਨਹੀਂ ਹੈਗਾ ਬਟ ਮੈਨੂੰ ਇਹ ਵਿੜਨਾ ਤਾਂ ਬੜਾ ਗੰਦਾ ਕੰਮ ਲੱਗਦਾ ਪਹਿਲਾਂ ਸਿਕਿਉਰਟੀ ਚੈਕਿੰਗ ਹੋ ਕੇ ਆਪਾਂ ਜਹਾਜ਼ ਦੇ ਵਿੱਚ ਬੈਠਦੇ ਹਾਂ ਜਹਾਜ਼ ਤੋਂ ਉੱਤਰਦੇ ਹਾਂ ਸਾਰ ਫਿਰ ਦੁਬਾਰਾ ਸਿਕਿਉਰਟੀ ਚੈਕਿੰਗ ਮੇਰੀ ਸਮਝ ਤੋਂ ਪਰੇ ਆ ਇਹ ਰਿਹਾ ਜਿਆਦ ਇੰਟਰਨੈਸ਼ਨਲ ਏਅਰਪੋਰਟ ਅਬੂ ਧਾਬੀ ਦਾ ਬਹੁਤ ਸੋਹਣਾ ਵਾਕਈ ਬਹੁਤ ਸੋਹਣਾ ਮੇਰਾ ਗੇਟ C ਹੈ C ਸ਼ਾਇਦ 27 ਦੇਖ ਲੈਂਦਾ ਬਾਕੀ ਫਾਈਨਲੀ ਦਿੱਲੀ ਪਹੁੰਚ ਗਿਆ ਗਰਮੀ ਦਾ ਅਹਿਸਾਸ ਫੁੱਲ ਹੋ ਗਿਆ ਮੋਟੇ ਪਾਈਪਰ ਦਾ ਨਾ ਫੁੱਲ ਗਰਮੀ ਦਾ ਅਹਿਸਾਸ ਗੱਡੀ ਵਾਲਾ ਕਹਿੰਦਾ ਉੱਤੇ ਆ ਜਾਓ ਡਿਪਾਰਚਰ ਅਤੇ ਉੱਥੇ ਚੱਕਣਾ ਸੌਖਾ ਲਿਫਟ 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 ਬਾਹਰ ਬਟਣੀ ਨਹੀਂ ਉਹਨੇ ਪਾਸੇ ਹੋਏਗੀ